ਚੰਡੀਗੜ੍ਹ ਜਿਸ ਨੂੰ ਬਿਊਟੀਫੁਲ ਸਿਟੀ ਦਾ ਦਰਜਾ ਦਿੱਤਾ ਜਾਂਦਾ ਅਤੇ ਸਮਾਰਟ ਸਿਟੀ ਵਜੋਂ ਕਿਹਾ ਜਾਂਦਾ, ਜਿਸ ਦੀ ਕਿ ਤਸਵੀਰ 26 ਸੈਕਟਰ ਦੇ ਵਿੱਚ ਕਿਤੇ ਨਾ ਕਿਤੇ ਫਿੱਕੀ ਪੈਂਦੀ ਹੈ। ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਸੈਕਟਰ 26 ਦੀ ਸਬਜ਼ੀ ਮੰਡੀ ਦੀ, ਜਿਹੜੀ ਕਿ ਬਹੁਤ ਮੰਦਭਾਗੀ ਤਸਵੀਰ ਆ, ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋਵੋਗੇ ਕਿ ਸੈਕਟਰ 26 ਦੀ ਇਹ ਸਬਜ਼ੀ ਮੰਡੀ ਆ, ਜਿੱਥੇ ਬਹੁਤ ਸਾਰਾ ਕੂੜਾ ਇੱਕ ਸ਼ਹਿਰ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਹੀ ਦੇਖਣ ਨੂੰ ਮਿਲਦਾ। ਹਾਲਾਂਕਿ ਇਹ ਜੋ ਸਬਜ਼ੀ ਮੰਡੀ ਹੈ ਸੈਕਟਰ 26 ਦੀ, ਇਹ ਸੁਖਨਾ ਮਾਰਗ ਦੇ ਬਿਲਕੁਲ ਨਜ਼ਦੀਕ ਹੈ, ਸੁਖਨਾ ਮਾਰਗ ਦੇ ਵਿੱਚ ਹੀ ਆ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਇੱਥੋਂ ਬਹੁਤ ਸਾਰੇ ਅੱਗੇ VIP ਏਰੀਆ ਸ਼ੁਰੂ ਹੋ ਜਾਂਦਾ। ਪਰ ਕਿਤੇ ਨਾ ਕਿਤੇ ਜਦ ਸੈਕਟਰ 26 ਦੇ ਵਿੱਚ ਆਇਆ ਜਾਂਦਾ ਤਾਂ ਜੋ ਬਿਊਟੀਫੁਲ ਦਰਜੇ ਦੀ ਸਿਟੀ ਜੋ ਕਿਹਾ ਜਾਂਦਾ ਉਹ ਕਿਤੇ ਨਾ ਕਿਤੇ ਇੱਥੇ ਫਿੱਕੀ ਪੈ ਜਾਂਦੀ। ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਬਾਰਿਸ਼ ਦਾ ਮੌਸਮ ਬਣਿਆ ਹੋਇਆ ਅਤੇ ਕਦੋਂ ਮਰਜ਼ੀ ਚੰਡੀਗੜ੍ਹ ਦੇ ਵਿੱਚ ਬਾਰਿਸ਼ ਪੈ ਜਾਂਦੀ ਆ, ਪਰ ਕਿਤੇ ਨਾ ਕਿਤੇ ਬਹੁਤ ਸਾਰੀ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਥੇ ਲਗਾਤਾਰ ਜੋ ਕੂੜੇ ਦੇ ਢੇਰ ਜਮ੍ਹਾਂ ਹੋਏ ਨੇ, ਬਹੁਤ ਸਾਰੀ ਸਫਾਈ ਦੀ ਅਣਗਹਿਲੀ ਲਗਾਤਾਰ ਜਿਹੜੀ ਕਿ ਨਜ਼ਰ ਆ ਰਹੀ ਹੈ, ਸਫਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਦੇ ਲੋਕ ਵੀ ਬਹੁਤ ਤੰਗ ਪਰੇਸ਼ਾਨ ਨੇ। ਸਬਜ਼ੀ ਮੰਡੀ ਦੇ ਲੋਕ ਨੇ ਜਿਹੜੇ ਜਾਂ ਜੋ ਵਪਾਰੀ ਨੇ ਜੋ ਇੰਪੋਰਟ ਐਕਸਪੋਰਟ ਕਰਦੇ ਨੇ, ਉਹ ਕਿਤੇ ਨਾ ਕਿਤੇ ਬਹੁਤ ਇਸ ਬਾਬਤ ਤੰਗ ਨਜ਼ਰ ਆ ਰਹੇ ਨੇ, ਕਿਉਂਕਿ ਕੂੜੇ ਦੇ ਢੇਰ ਲੱਗੇ ਹੋਏ ਨੇ, ਅਜਿਹੇ ਵਿੱਚ ਬਹੁਤ ਸਾਰੀ ਬਿਮਾਰੀਆਂ ਦਾ ਖਦਸ਼ਾ ਹੁੰਦਾ, ਬਹੁਤ ਸਾਰੇ ਲੋਕ ਬਿਮਾਰ ਵੀ ਹੁੰਦੇ ਨੇ, ਕਿਉਂਕਿ ਇੱਥੋਂ ਜਦੋਂ ਚੀਜ਼ਾਂ ਜਦ ਘਰਾਂ ਦੇ ਵਿੱਚ ਲਿਫਾਫਿਆਂ ਦੇ ਵਿੱਚੋਂ ਨਿਕਲ ਕੇ ਘਰਾਂ ਦੇ ਵਿੱਚ ਜਾਂਦੀਆਂ ਨੇ ਅਤੇ ਲੋਕ ਜਦੋਂ ਇਹਨੂੰ ਖਾਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਬਿਮਾਰ ਹੋਣ ਦਾ ਖਦਸ਼ਾ ਵੀ ਰਹਿੰਦਾ ਹੈਗਾ। ਆਸ ਪਾਸ ਬਹੁਤ ਸਾਰਾ ਮੱਛਰ, ਮਲੇਰੀਆ ਅਤੇ ਹੋਰ ਬਹੁਤ ਸਾਰੀ ਬਿਮਾਰੀਆਂ ਫੈਲਣ ਦਾ ਵੀ ਬਹੁਤ ਸਾਰਾ ਖਦਸ਼ਾ ਹੁੰਦਾ। ਤੁਹਾਨੂੰ ਤੁਮਾਰ ਖੁੱਲ੍ਹ ਕੇ ਜਿਹੜੀ ਕਿ ਤਸਵੀਰ ਦਿਖਾ ਦਿੰਦੇ ਹਾਂ, ਕੈਮਰਾਮੈਨ ਨੂੰ ਕਹਾਂਗੇ ਕਿ ਪੂਰੀ ਖੁੱਲ੍ਹ ਕੇ ਜਿਹੜੀ ਕਿ ਤਸਵੀਰ ਦਿਖਾ ਦਿੱਤੀ ਜਾਵੇ, ਜ਼ੂਮ ਕਰਕੇ ਜਿਹੜੇ ਕਿ ਇਹ ਸਬਜ਼ੀ ਮੰਡੀ ਦੀ ਤਸਵੀਰ ਸਾਂਝੀ ਕੀਤੀ ਜਾਵੇ, ਜਿਸ ਵਿੱਚ ਕੂੜੇ ਦੇ ਜੋ ਪਹਾੜ ਲੱਗੇ ਹੋਏ ਨੇ, ਲਗਾਤਾਰ ਲੋਕ ਗੁਹਾਰ ਕਰ ਰਹੇ ਨੇ ਅਤੇ ਮੰਗ ਕਰ ਰਹੇ ਨੇ ਕਿ ਸਬਜ਼ੀ ਮੰਡੀ ਦਾ ਕਿਤੇ ਨਾ ਕਿਤੇ ਕੋਈ ਸਲਿਊਸ਼ਨ ਦਿੱਤਾ ਜਾਵੇ, ਕਿਉਂਕਿ ਇੱਥੋਂ ਲੋਕ ਖਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਚੀਜ਼ ਲੱਗਦੀ ਆ, ਪੇਟ ਦੇ ਵਿੱਚ ਜਾਂਦੀ ਆ ਤਾਂ ਬਹੁਤ ਸਾਰੀ ਬਿਮਾਰੀਆਂ ਵੀ ਫੈਲਦੀਆਂ ਨੇ। ਇਸ ਤਮਾਮ ਤਸਵੀਰ ਸੈਕਟਰ 26 ਦੀ ਆ ਅਤੇ ਲੋਕ ਇੱਥੋਂ ਹੀ ਨਿਕਲਦੇ ਨੇ, ਕੰਮ ਵੀ ਕਰਦੇ ਨੇ, ਬਹੁਤ ਸਾਰੀ ਚੀਜ਼ਾਂ ਇੱਥੋਂ ਲੈ ਕੇ ਜਾਂਦੇ ਨੇ, ਰੋਜ਼ ਦੁਰਾਡੇ ਆਉਂਦੇ ਨੇ ਅਤੇ ਇਸ ਵਿਚਕਾਰ ਬਹੁਤ ਸਾਰੀ ਚੀਜ਼ਾਂ ਬਿਮਾਰੀਆਂ ਪੈਣ ਦਾ ਵੀ ਜਿਹੜਾ ਕਿ ਖਤਰਾ ਰਹਿੰਦਾ ਹੈਗਾ। ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਇਹ ਪਾਣੀ ਵੀ ਜਮ੍ਹਾਂ ਹੋਇਆ ਹੈ, ਕੂੜੇ ਦੇ ਜੋ ਪਹਾੜ ਵੀ ਇੱਥੇ ਬਣੇ ਹੋਏ ਨੇ, ਤਾਂ ਇੱਕ ਤਰ੍ਹਾਂ ਦਾ ਡੰਪਿੰਗ ਗਰਾਊਂਡ ਦੇ ਤਰ੍ਹਾਂ ਦਾ ਇੱਕ ਸਿਸਟਮ ਬਣਿਆ ਹੋਇਆ। ਇੱਕ ਪਾਸੇ ਸਬਜ਼ੀ ਹੈ ਜਿਹਦੀ ਸਾਫ਼ ਸੁਥਰੀ ਸਬਜ਼ੀ ਕਹਿੰਦੇ ਆ, ਨਾਲ ਹੀ ਦੂਜੇ ਪਾਸੇ ਇੱਕ ਤਰ੍ਹਾਂ ਦਾ ਕੂੜੇ ਦਾ ਪਹਾੜ, ਇੱਕ ਛੱਪੜ ਦੇ ਵਾਂਗੂ ਇੱਕ ਖੜਿਆ ਹੋਇਆ ਪਾਣੀ ਜਿਹੜਾ ਕਿ ਮੱਛਰਾਂ ਦਾ ਸੰਕੇਤ ਦੇ ਰਿਹਾ, ਬਿਮਾਰੀਆਂ ਦਾ ਸੰਕੇਤ ਦੇ ਰਿਹਾ। ਜਿੱਥੋਂ ਕਿ ਲੋਕ ਰੋਜ਼ ਦੁਰਾਡੇ ਸਾਫ਼ ਸੁਥਰੀ ਸਬਜ਼ੀ ਲੈ ਕੇ ਜਾਂਦੇ, ਉੱਥੋਂ ਦੀ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ। ਕੈਮਰਾ ਪਰਸਨ ਅਜੇ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।